ਕੁਝ ਤੇ ਅਨਾਲ ਸੁਣਨਾ ਥੋੜਾ ਜਿਹਾ 1839 ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਇਹ ਸਟੋਰੀ ਸੁਣ ਲਓ ਥੋੜੀ ਥੋੜੀ ਸਟੋਰੀ ਹੈ ਇਹਦੇ ਵਿੱਚ ਬੜੀ ਕਨਫਿਊਜ਼ਨ ਵੀ ਹੈ ਮੈਨੂੰ ਵੀ ਕਈ ਵਾਰੀ ਹੋ ਜਾਂਦੀ ਹੈ ਕਨਫਿਊਜ਼ਨ ਬਟ ਚਲੋ ਜਿੱਥੋਂ ਤੱਕ ਮੈਂ ਸੋਲਵ ਕਰ ਪਾਉਂਗਾ ਉਦੋਂ ਤੱਕ ਕਰੂੰ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਉਸ ਤੋਂ ਬਾਅਦ 1849 ਦੇ ਵਿੱਚ ਸੈਕੰਡ ਐਂਗਲੋ ਸਿੱਖ ਵਾਰ ਹੋ ਜਾਂਦੀ ਹੈ ਤੇ ਆਪਣਾ ਜਿਹੜਾ ਸਿੱਖ ਐਮਪਾਇਰ ਹੈ ਇਹ ਅੰਗਰੇਜ਼ਾਂ ਕੋਲੇ ਹਮੇਸ਼ਾ ਲਈ ਚਲਾ ਜਾਂਦਾ ਹੈ ਹਮੇਸ਼ਾ ਲਈ ਤਾਂ ਨਹੀਂ 1947 ਤੱਕ ਜਾਂਦਾ ਉਸ ਤੋਂ ਬਾਅਦ ਫਿਰ ਇਹ ਆ ਜਾਂਦੇ ਆ ਗੋਲਡਨ 에ਜ ਆ ਜਾਂਦੀ ਦੁਆਰਾ ਸੁਬੀਰ ਸਿੰਘ ਬਾਦਲ ਦੀ ਮਹਾਰਾਜਾ ਰਣਜੀਤ ਸਿੰਘ ਜਾਂਦੇ ਐ ਤੋਂ ਮਹਾਰਾਜਾ ਰਣਜੀਤ ਸਿੰਘ 1838 ਦੇ ਵਿੱਚ ਜਦੋਂ ਉਹਨਾਂ ਨੂੰ 1837 ਚ ਜਦੋਂ ਉਹਨਾਂ ਨੂੰ ਉਹ ਆਂਦਾ ਹੈ ਸਟ੍ਰੋਕ ਆਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਨਾ ਮਤਲਬ ਉਹਨਾਂ ਦੀ ਜ਼ੁਬਾਨ ਜਿਹੜੀ ਚਲੀ ਜਾਂਦੀ ਹੈ ਸੋ ਹੀ ਇਸ ਨਾਟ ਐਬਲ ਟੂ ਸਪੀਕ ਲੇਕਿਨ ਉਹ ਬੜੇ ਮਤਲਬ ਇੰਟੈਲੀਜੈਂਟ ਹੁੰਦੇ ਆ ਫੋਰਸਾਈਟਡ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਦੇ ਜਾਣ ਤੋਂ ਬਾਅਦ ਬਹੁਤ ਮਾਹੌਲ ਬਣੂਗਾ ਇਸ ਕਰਕੇ ਪਹਿਲਾਂ ਹੀ ਵਿਲ ਆਪਣੀ ਲਿਖ ਜਾਂਦੇ ਆ ਐਂਡ ਵਿਲ ਦੇ ਵਿੱਚ ਆਪਣੇ ਸਭ ਤੋਂ ਸੀਨੀਅਰ ਮੋਸਟ ਜਿਹੜਾ ਇਹਨਾਂ ਦਾ ਬੇਟਾ ਹੁੰਦਾ ਉਹਦਾ ਨਾਮ ਖੜਕ ਸਿੰਘ ਹੁੰਦਾ ਹੈ ਖੜਕ ਸਿੰਘ ਨੂੰ ਰਾਜ ਇਹ ਦੇ ਜਾਂਦੇ ਆ ਆਲਦੋ ਖੜਕ ਸਿੰਘ ਇਜ਼ ਨਾਟ ਵੈਰੀ ਏਬਲ ਰੂਲਰ ਹੈ ਨਾ ਹੀ ਇਜ਼ ਹੀ ਇਜ਼ ਅ ਭੰਗੀ ਟਾਈਪ ਪਰਸਨ ਭੰਗ ਪਿੰਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭੰਗੀ ਸੀਗਾ ਉਹ ਅਖਾੜੇ ਕਰਾਂਦਾ ਸੀ ਭੰਗ ਪਿੰਦਾ ਸੀ ਲੇਕਿਨ ਉਹ ਸਟਿਲ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਸਭ ਤੋਂ ਐਲਡੈਸਟ ਸਾਨੂੰ ਦੇਣਾ ਚਾਹੀਦਾ ਹੈ ਬਿਕੋਜ਼ ਅਦਰਵਾਇਜ਼ ਥਿੰਗਸ ਆਰ ਗੋਇੰਗ ਟੂ ਬਿਕਮ ਰੀਲੀ ਬੈਡ ਫॉर द एंपਾਇਰ ਮੇਰੇ ਜਾਣ ਤੋਂ ਬਾਅਦ ਇਹ ਜੀਆਂ ਚੀਜ਼ਾਂ ਸੁਣੀਆਂ ਯਾਰ ਹੀ ਵਾਸ ਅ ਇਨਫਾਰਮਡ ਮੈਨ ਹੈ ਨਾ ਅਗਰ ਕੋਈ ਰਾਜਾ ਦੇ ਯੰਗ ਮੁੰਡੇ ਨੂੰ ਦੇ ਜੇ ਜਾਂ ਪੋਤੇ ਨੂੰ ਦੇ ਜੇ ਤਾਂ ਤੋ ਜੋ ਜਹਾਂਗੀਰ ਨੇ ਦੇਖੋ ਅਕਬਰ ਉਹਨੂੰ ਦੇ ਰਿਆ ਸੀ ਖੁਸਰੋ ਨੂੰ ਦੇ ਰਿਆ ਸੀ ਤੋ ਜਹਾਂਗੀਰ ਤੇ ਖੁਸਰੋ ਦੀ ਬੈਟਲ ਹੋ ਗਈ ਆਪਸ ਦੇ ਵਿੱਚ ਤੋ ਉਹ ਚੀਜ਼ ਸਹੀ ਨਹੀਂ ਰਹਿੰਦੀ ਤੋ ਹੀ ਵਾਸ ਅ ਵੈਰੀ ਪ੍ਰੈਕਟੀਕਲ ਐਂਡ ਵੈਰੀ ਮਤਲਬ ਉਹ ਬੰਦੇ ਸੀਗੇ ਤੋ ਉਹਨਾਂ ਨੇ ਕਿਹਾ ਨਹੀਂ ਯਾਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਖੜਕ ਸਿੰਘ ਨੂੰ ਦੇ ਦੋ ਚਾਹੇ ਜਿਹੇ ਜਿਹਾ ਮਰਜ਼ੀ ਕਿਉਂ ਨਹੀਂ ਹੈਗਾ ਤੋ ਖੜਕ ਸਿੰਘ ਨੂੰ ਇਹ ਰਾਜ ਦੇ ਗਏ ਸੀਗੇ ਖੜਕ ਸਿੰਘ ਰਾਜਾ ਬਣ ਗਿਆ ਤੇ ਧਿਆਨ ਸਿੰਘ ਪ੍ਰਾਈਮ ਮਿਨਿਸਟਰ ਸੀਗਾ ਹੁਣ ਖੜਕ ਸਿੰਘ ਜਿਹੜਾ ਧਿਆਨ ਸਿੰਘ ਪ੍ਰਾਈਮ ਮਿਨਿਸਟਰ ਸੀ ਧਿਆਨ ਸਿੰਘ ਡੋਗਰੇ ਸੀਗੇ ਡੋਗਰੇ ਰਾਜਪੂਤ ਸੀਗੇ ਇਹ ਇਹ ਬੇਸਿਕਲੀ ਜੰਮੂ ਜੰਮੂ ਏਰੀਆ ਦੇ ਸੀਗੇ ਇਹ ਜੰਮੂ ਏਰੀਆ ਨੂੰ ਬਿਲੋਂਗ ਕਰਦੇ ਡੋਗਰਾ ਅੱਜ ਵੀ ਉੱਥੇ ਬਹੁਤ ਵੱਡੇ ਕਮਿਊਨਿਟੀ ਆ ਡੋਗਰਿਆਂ ਦੀ ਤੋ ਇਹ ਇਸ ਏਰੀਆ ਦੇ ਸੀਗੇ ਹੁਣ ਉਸ ਟਾਈਮ ਤੇ ਕਿੰਗ ਦੇ ਕਿੰਗਡਮ ਦੇ ਵਿੱਚ ਇੱਕ ਬੰਦਾ ਹੁੰਦਾ ਸੀ ਚੇਤ ਸਿੰਘ ਚੇਤ ਸਿੰਘ ਖੜਕ ਸਿੰਘ ਦਾ ਦੋਸਤ ਸੀਗਾ ਤੇ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦੋਸਤ ਸੀਗਾ ਲੇਕਿਨ ਜਾਣ ਤੋਂ ਬਾਅਦ ਧਿਆਨ ਸਿੰਘ ਪ੍ਰਾਈਮ ਮਿਨਿਸਟਰ ਬਣ ਗਿਆ ਲੇਕਿਨ ਖੜਕ ਸਿੰਘ ਧਿਆਨ ਸਿੰਘ ਦੀ ਗੱਲ ਨਹੀਂ ਸੁਣਦਾ ਸੀ ਜਿਆਦਾ ਖੜਕ ਸਿੰਘ ਨੂੰ ਹੁੰਦਾ ਸੀਗਾ ਕਿ ਧਿਆਨ ਸਿੰਘ ਦੀ ਆਪਾ ਵਾਲੀ ਬਾਲੀ ਗੱਲ ਨਹੀਂ ਸੁਣਨੀ ਕਿਉਂਕਿ ਉਹ ਮੇਰੇ ਪਾਪਾ ਦਾ ਸੀਗਾ ਸਮਝ ਰਹੇ ਹੋ ਯੂ ਗੇਟਿੰਗ ਦਾ ਦਾ ਕਨਸੈਪਟ ਹੇਅਰ ਤੋ ਉਹ ਆਪਦੇ ਹਮ ਉਮਰ ਜਿਹੜਾ ਸੀਗਾ ਉਹਦਾ ਦੋਸਤ ਹੁੰਦਾ ਸੀਗਾ ਉਹ ਵੀ ਕਿੰਗਡਮ ਦੇ ਵਿੱਚ ਚੰਗੀ ਪੋਸਟ ਤੇ ਸੀਗਾ ਚੇਤ ਸਿੰਘ ਉਹਦੀ ਗੱਲ ਸੁਣਦਾ ਹੁੰਦਾ ਸੀ ਚੇਤ ਸਿੰਘ ਦੀ ਗੱਲ ਸੁਣਦਾ ਸੀ ਤਾਂ ਧਿਆਨ ਸਿੰਘ ਨੂੰ ਐ ਲੱਗਿਆ ਕਿ ਚੇਤ ਸਿੰਘ ਜਿਹੜਾ ਹੈਗਾ ਨਾ ਇਹ ਮਤਲਬ ਇਹ ਕਿਤੇ ਮੈਨੂੰ ਰਿਪਲੇਸ ਨਾ ਕਰ ਦੇ ਚੇਤ ਸਿੰਘ ਤੋ ਚੇਤ ਸਿੰਘ ਰਿਪਲੇਸ ਨਾ ਕਰ ਦੇ ਤੋ ਇਹ ਬੜੀ ਵੱਡੀ ਗੱਲ ਹੋ ਜਾਨੀ ਹੈ ਤੋ ਮੈਂ ਤਾਂ ਪ੍ਰਧਾਨ ਮੰਤਰੀ ਸੀਗਾ ਹੁਣ ਤਾਂ ਮਹਾਰਾਜਾ ਰਜੀਤ ਸਿੰਘ ਚਲੇ ਗਏ ਹੁਣੇ ਤਾਂ ਮੌਕਾ ਮਿਲਿਆ ਕੁਝ ਹੈ ਨਾ ਹੱਥ ਗਰਮ ਕਰਨੇ ਦਾ ਤੋ ਧਿਆਨ ਸਿੰਘ ਨੂੰ ਲੱਗਿਆ ਕਿ ਮੈਂ ਨਾ ਇਹਦੇ ਪੋਤੇ ਨਹੁ ਨਿਹਾਲ ਸਿੰਘ ਨੂੰ ਇਨਫਲੂਐਂਸ ਕਰਦਾ ਤੋ ਨੌ ਨਿਹਾਲ ਸਿੰਘ ਜਿਹੜਾ ਸੀਗਾ ਉਹ ਪੋਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਬਹੁਤ ਜ਼ਬਰਦਸਤ ਬੜਾ ਏਬਲ ਬੰਦਾ ਸੀ ਬੜਾ ਏਬਲ ਲੀਡਰਸ਼ਿਪ ਮਤਲਬ ਮਹਾਰਾਜਾ ਰਣਜੀਤ ਸਿੰਘ ਦੀ ਛਵੀ ਸੀ ਉਹ ਇੱਕ 타입 ਦਾ ਲੋਨਾਂ ਦਾ ਹੀ ਮਤਲਬ ਹੈ ਨਾ ਰੂਪ ਸੀਗਾ ਉਹ ਤੋ ਉਹ ਪੇਸ਼ਾਵਰ ਚ ਸੀਗੇ ਉਹਨਾਂ ਨੂੰ ਪੇਸ਼ਾਵਰ ਦਾ ਤੇ ਉਹ ਸਾਰੇ ਏਰੀਆ ਦਾ ਗਵਰਨਰ ਬਣਾ ਕੇ ਰੱਖਿਆ ਹੋਇਆ ਸੀ ਐਂ ਤੁਸੀਂ ਦੇਖੋ ਜਿਨ੍ਹਾਂ ਨੂੰ ਪੇਸ਼ਾਵਰ ਦਾ ਗਵਰਨਰ ਬਣਾਇਆ ਹੈ ਤੋ ਉਹ ਮਾੜੀ ਗਲਤੀ ਨਹੀਂ ਹੋਣੀ ਕਿਉਂਕਿ ਪੇਸ਼ਾਵਰ ਵਾਲਾ ਜਿਹੜਾ ਏਰੀਆ ਹੈ ਅਫਗਾਨੀਆਂ ਦਾ ਆਣਾ ਜਾਣਾ ਇਹ ਸੌਕ ਹੈ ਨਾ ਸੌਖਾ ਕੰਮ ਨਹੀਂ ਸੀਗਾ ਉਸ ਏਰੀਆ ਨੂੰ ਤੋ ਇਸ ਲੈਵਲ ਦਾ ਬੰਦਾ ਸੀ ਨੌਨਿਹਾਲ ਸਿੰਘ ਤੋ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਨੂੰ ਨਾ WhatsApp ਕੀਤਾ ਠੀਕ ਹੈ ਸੁਣ ਲੋ ਸਟੋਰੀ WhatsApp ਕੀਤਾ ਕਿ ਭਾਈ ਇਹ ਚੇਤ ਸਿੰਘ ਬਹੁਤ ਜ਼ਿਆਦਾ ਮਤਲਬ ਕੰਮ ਖਰਾਬ ਕਰ ਰਿਹਾ ਹੈ ਤੇ ਇਹ ਮਤਲਬ Empire ਖਤਮ ਹੋ ਜਾਊਗਾ ਖੜਕ ਸਿੰਘ ਪੂਰਾ ਉਹਦੇ ਇਨਫਲੂਐਂਸ ਚ ਹੈਗਾ ਆਪਾਂ ਕੀ ਕਰਨਾ ਹੈਗਾ ਆਪਾਂ ਠੀਕ ਹੈ ਕੁਛ ਨਾ ਕੁਛ ਬੰਦੋਬਸਤ ਕਰੀਏ ਚੇਤ ਸਿੰਘ ਦਾ ਤੋ ਨੌਨਿਹਾਲ ਸਿੰਘ ਨੂੰ ਸਪੈਸ਼ਲੀ ਬੁਲਾਇਆ ਗਿਆ ਟੂ ਡੂ ਥਿਸ ਬੰਦੋਬਸਤ ਆਫ ਚੇਸ ਸਿੰਘ ਸੋ ਪਹਿਲਾ ਜਿਹੜਾ ਕਤਲ ਹੋਇਆ ਮਹਾਰਾਜਾ ਰਜੀਤ ਸਿੰਘ ਦੇ ਜਾਣ ਤੋਂ ਬਾਅਦ ਉਹ ਕਿਦਾ ਹੋਇਆ ਚੇਤ ਸਿੰਘ ਦਾ ਸੋ ਕਤਲ ਨੰਬਰ 1 ਇੱਕ ਕਤਲ ਦੀਆਂ ਲੜੀਆਂ ਸ਼ੁਰੂ ਹੋਣਗੀਆਂ ਹੁਣ ਇਹ ਉਹ ਵਿਆਹ ਸ਼ੁਰੂ ਹੋ ਗਿਆ 11 ਵਜੇ ਤੋਂ ਬਾਅਦ ਜਦੋਂ ਹੈਨਾ ਇੱਕ ਦੂਜੇ ਦੇ ਉੱਪਰ ਤੁਸੀਂ ਕੁਰਸੀਆਂ ਛਿੜਦੇ ਹੋ ਇਹ ਇੱਕ ਅੰਡਰਸਟੈਂਡਿੰਗ ਵੀ ਹੈ ਇਤਿਹਾਸ ਲਈ ਵੀ ਅੰਡਰਸਟੈਂਡਿੰਗ ਆਪਣੇ ਲਈ ਵੀ ਅੰਡਰਸਟੈਂਡਿੰਗ ਹੈ ਕਿ ਜੇ ਰਾਜ ਬਚਾਣਾ ਹੈ ਨਾ ਉਸ ਤੋਂ ਪਹਿਲਾਂ ਆਪਣੇ ਫੈਮਿਲੀ ਨੂੰ ਬਚਾਓ ਫਿਰ ਰਾਜ ਬਚੂਗਾ ਜੇ ਫੈਮਿਲੀ ਹੀ ਨਹੀਂ ਹੈਗੀ ਆਪਸ ਵਿੱਚ ਲੜੀਆਂ ਨੇ ਰਾ ਆਣ ਗਏ ਨਾ ਚੂਹੇ ਤਾਂ ਬਾਹਰ ਇਨਵੇਡ ਕਰਨ ਵਾਸਤੇ ਚੂਹੇ ਤਾਂ ਬੈਠੇ ਸੀਗੇ प्लेग प्लान ਨੂੰ ਚੂਹੇ ਕੌਨ ਸੀ ইস্ট ਇੰਡੀਆ ਕੰਪਨੀ ਉਹ ਤਾਂ ਬੈਠੀ ਨਜ਼ਾਰੇ ਲੈ ਰਹੀ ਸੀ ਕਿ ਹਾਂ ਜੀ ਕਦੋਂ ਕੰਮ ਬੰਦ ਦਾ ਕਦੋਂ ਅਸੀਂ ਜਾਈਏ ਕਦੋਂ ਮਾਹੌਲ ਬਣੇ ਸੋ ਇਹ ਚੀਜ਼ ਚੱਲ ਰਹੀ ਹੈ ਤਾਂ ਚੇਤ ਸਿੰਘ ਮਾਰਤਾ ਹੁਣ ਚੇਤ ਸਿੰਘ ਮਾਰਤਾ ਤੋਂ ਧਿਆਨ ਸਿੰਘ ਨੂੰ ਹੋ ਗਿਆ ਕਿ ਹੁਣ ਵਧੀਆ ਹੋ ਗਿਆ ਚਲੋ ਗੁੱਡ ਹੋ ਗਿਆ ਤੋਂ ਲੇਕਿਨ ਹਲੇ ਵੀ ਖੜਕ ਸਿੰਘ ਨੂੰ ਗੁੱਸਾ ਸੀਗਾ ਕਿ ਮੇਰਾ ਬੰਦਾ ਮਾਰਤਾ ਚੇਰ ਸਿੰਘ ਹੁਣ ਖੜਕ ਸਿੰਘ ਆਏ ਕਿਵੇਂ ਚੁੱਪ ਕਰਕੇ ਬਹਿ ਜੇ ਤੋਂ ਖੜਕ ਸਿੰਘ ਵੈਸੇ ਭੰਗੀ ਸੀਗਾ ਤੋਂ ਧਿਆਨ ਸਿੰਘ ਨੂੰ ਲੱਗਿਆ ਕਿ ਯਾਰ ਖੜਕ ਸਿੰਘ ਨੂੰ ਵੀ ਮਤਲਬ ਵੀ ਨੀਡ ਟੂ ਗੈਟ ਰਿਡ ਆਫ ਹਿਮ لیکن اٹ از ویری ڈیفیکلٹ ہاؤ کین یو کیل یور اون کنگ کھڑک سنگ از دی راجا افٹر مہاراجا رنجیت سنگ از دی راجا دھیاں سنگ آئے کیویں کھڑک سنگ نو چک دے تو اونے کی کیتا اونے نے کھڑک سنگ نو نہ مطلب او دا نشہ بڑھاتا سی او دی بھنگ بڑھاتی سلو پائزن کہندے ہیں انو ہے نا تاریخ دے وچ تو جویں مطلب ਤੁਸੀਂ پی رہے ہو ہے نا زیادہ نજારا زیادہ آ رہا ہے اج کل ہے نا سمجھ تو باہر ہویا پیا ہے تو ادھا کر کے اونوں سلو پائزن دے دے کے نا مطلب کھڑک سنگ چکتا ہے انہاں نے ادھا ہی اخبار نو ماریا سی جہانگیر نے ਜੇ ਤੁਹਾਨੂੰ ਘਾ ਨਹੀਂ ਪਤਾ ਤਾਂ ਜਹਾਂਗੀਰ ਨੇ ਵੀ ਆਏ ਮਤਲਬ ਸਲੋ ਪੋਇਜ਼ਨ ਦੇ ਦੇ ਕੇ ਅਕਬਰ ਚੱਕਦਾ ਸੀਗਾ ਤੁਹਾਨੂੰ ਆਏ ਲੱਗਦਾ ਕਿ ਨੈਚੁਰਲ ਡੈਥ ਹੁੰਦੀ ਹੈ ਕੋਈ ਨੈਚੁਰਲ ਡੈਥ ਨਹੀਂ ਹੁੰਦੀ ਉਦੋਂ ਕਿਹੜਾ ਆਟੋਪਸੀ ਆਉਣੀ ਹੈ ਜਾਂ ਪੋਸਟਮਾਰਟਮ ਹੋਣਾ ਹੈ ਹੈਨਾ ਉਦੋਂ ਤਾਂ ਮਾਰੇ ਚੱਕਿਆ ਗਿਆ ਉਸ ਬੰਦਾ ਖੜਕ ਸਿੰਘ ਮਾਰਤਾ ਹੁਣ ਸੁਣ ਸੁਣੀ ਜਾਈਓ ਤੁਸੀਂ ਖੜਕ ਸਿੰਘ ਮਾਰਤਾ ਖੜਕ ਸਿੰਘ ਦਾ ਫਿਊਨਰਲ ਸੀਗਾ ਫਿਊਨਰਲ ਦੇ ਉੱਪਰ ਜਿਹੜੇ ਹੈ ਉਹ ਸਤੀ ਕਰ ਗਈ ਸੀ ਪੰਜ ਜਨਾਨੀਆਂ ਖੜਕ ਸਿੰਘ ਦੀਆਂ ਵੀ ਜਨਾਨੀਆਂ ਸਤੀ ਕਰ ਗਈਆਂ ਨਾ ਤਾਂ ਉਹ ਵੀ ਸਾਦੀਕਾਰੀਆਂ ਸਤੀ ਮਤਲਬ ਸਤੀ ਵਾਸ ਇਨ ਉਹ ਸੀਗਾ ਉਹਦੇ ਵਿੱਚ ਤੁਸੀਂ ਦੇਖੋਗੇ 1800 ਕਦੋਂ ਸਤੀ ਐਬੋਲਿਸ਼ ਹੋਈ ਸੀਗੀ ਰਾਜਾ ਰਾਮ ਮੋਨ ਰਾਏ ਨੇ ਕਦੋਂ ਕਰਾਈ ਸੀ 1833 ਜਦ ਸਤੀ ਐਬੋਲਿਸ਼ ਕਰਾਈ ਸੀ ਇੰਡੀਆ ਦੇ ਵਿੱਚ ਜਦੋਂ ਉਹਦੇ ਨਾਲ ਮਿਲ ਕੇ ਵਿਲੀਅਮ ਬੈਂਟਿਕ ਨਾਲ ਮਿਲ ਕੇ ਹੈ ਨਾ ਰਾਜਾ ਰਾਮ ਮਨロイ ਨੇ ਕਿਹਾ ਸੀ ਕਿ ਸਤੀ ਖਤਮ ਕਰੋ ਇੰਡੀਆ ਦੇ ਵਿੱਚੋਂ ਤੇ ਇਹ ਟਾਈਮ ਪੀਰੀਅਡ ਕੀ ਹੈ 1842 ਤਾਂ ਦੇਖੋ 7-8 ਸਾਲ ਪਹਿਲਾਂ ਹੀ ਸੁਪਰੀਮ ਕੋਰਟ ਦਾ ਆਰਡਰ ਆਇਆ ਹੋਇਆ ਤੇ 10 ਸਾਲ ਬਾਅਦ ਦੇਖੋ ਪੰਜਾਬ ਦੇ ਵਿੱਚ ਆਏ ਸਤੀਆਂ ਤੇ ਸਤੀਆਂ ਹੋ ਰਹੀਆਂ ਸੋ ਇਸ ਇਸ ਕਰਕੇ ਜਦੋਂ ਵੀ ਮੈਂ ਇਹ ਗੱਲ ਕਵਾਂ ਜਾਂ ਜਦੋਂ ਵੀ ਆਪਾਂ ਇਹ ਗੱਲ ਕਰੀਏ ਕਿ ਭਾਈ ਕੋਈ ਚੀਜ਼ ਐਬੋਲਿਸ਼ ਹੋ ਗਈ ਇਹਦਾ ਮਤਲਬ ਉਹ ਐਬੋਲਿਸ਼ ਨਹੀਂ ਹੋਈ ਹੁੰਦੀ ਉਹ ਕਾਨੂੰਨੀ ਤੌਰ ਤੇ ਹੋਈ ਹੁੰਦੀ ਹੈ ਸੋਸ਼ੀਅਲੀ ਹਲੇ ਵੀ ਪ੍ਰੇਵਲੈਂਟ ਹੈ ਉਹ ਨਸ਼ਾ ਦੇਖੋ ਪੰਜਾਬ ਚ ਪਿਛਲੇ 50 ਸਾਲਾਂ ਤੋਂ ਬੰਦ ਹੈ ਬੈਨ ਹੋਇਆ ਹੋਇਆ ਹੈ ਨਾ ਜਿੰਨਾ ਮਰਜ਼ੀ ਲੈ ਲੋ ਥਾਣੇ ਦੇ ਕੋਲੋਂ ਠੀਕ ਹੈ ਜੋ ਦਿ ਆਈਡੀਆ ਇਜ਼ ਥੈਟ ਇਟ ਇਜ਼ ਇਟ ਦਿ ਬੈਨ ਇਜ਼ ਬੈਨ ਡਸ ਨੋਟ ਮੀਨ ਥੈਟ ਇਟ ਗੈਟਸ ਸਟਾਪਡ ਹੈ ਨਾ ਬੈਨ ਡਸ ਮੀਨ ਕਿ ਇਟ ਇਟ ਮੇਕਸ ਐਵਨਿਊਜ਼ ਫਾਰ ਪੀਪਲ ਟੂ ਅਰਨ ਸਮ ਐਕਸਟਰਾ ਛਿੱਲੜ ਹੈ ਨਾ ਤਾਂ ਇਹ ਚੀਜ਼ ਹੋਈ ਤਾਂ ਸਤੀਖੜਕ ਸਿੰਘ ਦੀ ਘਰ ਵਾਲੀਆਂ ਵੀ ਪੰਜ ਛੇ ਘਰ ਵਾਲੀਆਂ ਘੜਸ ਸਿੰਘ ਦੀ ਸਤੀ ਕਰ ਗਈਆਂ ਚਲੋ ਜੀ ਸਤੀ ਹੋ ਗਿਆ ਮਾਹੌਲ ਬਣ ਗਿਆ ਧਿਆਨ ਸਿੰਘ ਵੀ ਰੋ ਰੂ ਪਿਆ ਜਿੱਥੇ ਸਾਰੀਆਂ ਸੈੱਟ ਹੋ ਗਈਆਂ ਤੇ ਵਾਪਸ ਜਾ ਰਹੇ ਸੀਗੇ ਜੀ ਜਦੋਂ ਕਿੰਗਡਮ 'ਚ ਵਾਪਸ ਗਏ ਤਾਂ ਨੌਨਿਹਾਲ ਵੀ ਨਾਲ ਸੀਗਾ ਧਿਆਨ ਸਿੰਘ ਥੋੜਾ ਪਿੱਛੇ ਸੀਗਾ ਤੇ ਖੜਕ ਸਿੰਘ ਤਾਂ ਮਾਰ ਹੀ ਗਿਆ ਸੀਗਾ ਤੇ ਨੌਨਿਹਾਲ ਜਦੋਂ ਹੀ ਵੜਨ ਲੱਗਿਆ ਤੇ ਉੱਪਰ ਉਹਦੀ ਨਾ ਛੱਜਾ गिर ਗਿਆ ਠੀਕ ਹੈ ਐਦਾਂ ਕਰਕੇ ਨਾ ਉੱਪਰ ਛੱਜਾ ਹੁੰਦਾ ਨਾ ਜਿਵੇਂ ਉਹ ਗਿਰ ਗਿਆ ਐ ਕਰਕੇ ਉਹ ਗਿਰਿਆ ਤੇ ਗਿਰਨ ਤੋਂ ਬਾਅਦ ਉਹ ਨੌਨਿਹਾਲ ਤੀ ਬਚ ਗਿਆ ਬਸ ਹੋਰ ਕਿਸੇ ਤਾਂ ਨਹੀਂ ਬਚਿਆ ਉਹ ਤੇ ਨੌਨਿਹਾਲ ਦੇ ਨਾ ਥੋੜੀ ਜੀ ਛੱਟ ਵਜੀ ਇੰਨੀ ਕਹਿੰਦੇ ਆ ਪਿੱਛੇ ਇੰਨੀ ਕ ਛੱਟ ਵਜੀ ਠੀਕ ਹੈ ਇਹ ਸਾਰੀ ਇਸ ਬੁੱਕ ਚ ਲਿਖਿਆ ਹੋਇਆ ਜੇ ਕਿਸ ਨੇ ਪੜ੍ਹਨਾ ਤਾਂ ਪੜ੍ਹ ਸਾਰਾ ਨਹੀਂ ਤਾਂ ਮੇਰੀ ਸਟੋਰੀ ਸੁਣ ਲਓ ਤੁਸੀਂ ਠੀਕ ਹੈ ਇਹ ਇੰਨੀ ਕਿ 6:30 ਵਜੇ ਇੱਥੇ ਨੌਨੇ ਹਾਲ ਦੇ ਉਹ ਇੰਨੀ ਕਿ 6:30 ਵਜੇ ਤਾਂ ਧਿਆਨ ਸਿੰਘ ਨੇ ਕਿਹਾ ਕਿ ਭਾਈ ਬਹੁਤ ਜ਼ਿਆਦਾ 6:30 ਵਜੇ ਕੀ ਬਹੁਤ ਜ਼ਿਆਦਾ 6:30 ਵਜੇ ਹੀ ਤੇ ਉਹਨੂੰ ਦਾ ਸਾਰਿਆਂ ਨੂੰ ਕਹਿਤਾ ਕਿ ਭਾਈ ਕੋਈ ਵੀ ਅੰਦਰ ਨਹੀਂ ਵੜੂਗਾ ਮਤਲਬ ਸਪੈਸ਼ਲੀ ਨੌਨੇ ਹਾਲ ਦੀ ਮਦਰ ਨੂੰ ਵੀ ਕਹਿਤਾ ਚੰਦਕੌਰ ਉਹਨੂੰ ਕਹਿਤਾ ਤੂੰ ਬਾਹਰ ਰਹਿ ਸਾਰਿਆਂ ਨੂੰ ਮਤਲਬ ਬਾਹਰ ਬਾਹਰ ਰਹਿ ਲੋ ਬਾਹਰ ਕੋਈ ਨਹੀਂ ਅੰਦਰ ਵੜੂਗਾ ਕੋਈ ਨਹੀਂ ਅੰਦਰ ਵੜੂਗਾ ਐਂ ਕਰਦੇ ਕਿ ਰਾਤ ਨੂੰ ਸਭ ਨੂੰ ਕਿਸੇ ਨੂੰ ਨਹੀਂ ਅੰਦਰ ਤੇ ਅੰਦਰ ਲੈ ਗਏ ਕਿ ਡਾਕਟਰ ਨੂੰ ਅਸੀਂ ਬੁਲਾਵਾਂਗੇ ਹੈਨਾ ਤਾਂ ਅੰਦਰ ਲੈ ਗਏ ਤੇ ਥੋੜੀ ਦੇਰ ਬਾਅਦ ਬਾਹਰ ਆਇਆ ਧਿਆਨ ਸਿੰਘ ਤਾਂ ਕਹਿੰਦਾ ਜੀ ਉਹ ਤਾਂ ਡੈਥ ਹੋ ਗਈ। ਤੋਂ ਜੋ ਉਹ ਅੰਦਰ ਜਾ ਕੇ ਦੇਖਿਆ ਕਹਿੰਦੇ ਇੰਨਾ ਖੂਨ ਪਿਆ ਸੀਗਾ। ਤੋਂ ਹੁਣ ਇੱਕ ਕਹਾਣੀ ਕੀ ਹੈ ਕਿ ਡੈਥ ਹੈਨਾ ਕਿਵੇਂ ਹੋਈ ਕਿਵੇਂ ਨਹੀਂ ਹੋਈ ਤੋਂ ਉਹ ਚੀਜ਼ ਜਿਹੜੀ ਹੈਗੀ ਹੈ ਇੱਥੋਂ ਤੱਕ ਚੱਲੀ ਤੋਂ 3rd ਕਤਲ ਕਿਤਾ ਹੋਇਆ ਨਾ ਉਹ ਨਿਹਾਲ ਸਿੰਘ ਦਾ ਤੋਂ ਪਹਿਲਾ ਖੜਕ ਸਿੰਘ ਦਾ ਕਤਲ ਜੀ ਜੀ ਸਿੰਘ ਦਾ ਫਿਰ ਉਹਦੇ ਬਾਅਦ ਖੜਕ ਸਿੰਘ ਫੇਰ ਨਾਉ ਨਿਹਾਲ ਸਿੰਘ ਫੇਰ ਆਜੋ ਜੀ ਨੈਕਸਟ ਕੌਣ ਹੁੰਦਾ ਨੈਕਸਟ ਆਂਦਾ ਹੈ ਹੈਨਾ ਨਾਉ ਨਿਹਾਲ ਸਿੰਘ ਤੋਂ ਬਾਅਦ ਧਿਆਨ ਸਿੰਘ ਚਾਂਦਾ ਹੁਣ ਸੁਣੀ ਜਾਓ ਧਿਆਨ ਨਾਲ ਹੈਨਾ ਹਾਂ ਧਿਆਨ ਸਿੰਘ ਚਾਂਦਾ ਹੈ ਕਿ ਹੁਣ ਸ਼ੇਰ ਸਿੰਘ ਨੂੰ ਬਣਾ ਦਿੱਤਾ ਜਾਵੇ ਨੈਕਸਟ ਰੂਲਰ ਠੀਕ ਹੈ ਧਿਆਨ ਸਿੰਘ ਚਾਂਦਾ ਹੈ ਸ਼ੇਰ ਸਿੰਘ ਨੂੰ ਨੈਕਸਟ ਰੂਲਰ ਬਣਾ ਦਿੱਤਾ ਜਾਵੇ ਜਿਹੜਾ ਸ਼ੇਰ ਸਿੰਘ ਸੀਗਾ ਨਾ ਇਹ ਬੇਸਿਕਲੀ ਰਣਜੀਤ ਸਿੰਘ ਦਾ ਬੇਟਾ ਸੀਗਾ ਮਹਿਤਾਬ ਕੌਰ ਤੋਂ ਇਹ ਉਹੀ ਮਹਿਤਾਬ ਕੌਰ ਆ ਸਾਦਾ ਕੌਰ ਵਾਲੀ ਯਾਦ ਆ ਗਿਆ ਸਾਦਾ ਕੌਰ ਸੱਸ ਕੁੜੀ ਮਹਿਤਾਬ ਕੌਰ ਜਿਸ ਨਾਲ ਰਿਲੇਸ਼ਨ ਇਹਨਾਂ ਚੰਗਾ ਨਹੀਂ ਸੀ ਪਰ ਪੋਲਿਟੀਕਲ ਅਲਾਈਅੰਸ ਹੋਇਆ ਵਿਆ ਸੀਗਾ ਵਿਆਹ ਕੋਈ ਆਏ ਮਤਲਬ ਐਦਾਂ ਨਹੀਂ ਸੀਗਾ ਕਿ ਇੱਕ ਦੂਜੇ ਨੂੰ ਵੈਲੈਂਟਾਈਨ ਡੇ ਤੇ ਆਈ ਲਵ ਯੂ ਆਈ ਲਵ ਯੂ ਟੂ ਹੋ ਰਿਹਾ ਐਸਾ ਕੁਝ ਨਹੀਂ ਥਾ ਇਟ ਵਾਸ ਟੋਟਲੀ ਲਾਈਕ ਅ ਪੋਲਿਟੀਕਲ ਅਲਾਈਅੰਸ ਲੇਕਿਨ ਜਵਾਗ ਹੋ ਗਿਆ ਸੀ ਸ਼ੇਰ ਸਿੰਘ ਠੀਕ ਹੈ ਮਹਿਤਾਬ ਕੌਰ ਤੋਂ ਸ਼ੇਰ ਸਿੰਘ ਜਿਹੜਾ ਸੀਗਾ ਨਾ ਉਹ ਬੜਾ ਹੀ ਮਤਲਬ ਤੁਸੀਂ ਕਹਿ ਲੋ ਕਿ ਇਹਦੇ ਵਿੱਚ ਲਿਖਿਆ ਹੈ ਕਿ ਸ਼ੇਰ ਸਿੰਘ ਵਾਸ ਵੈਰੀ ਮਤਲਬ ਵੈਰੀ ਪ੍ਰੋਡੀਗਸ ਵੈਰੀ ਉਹਨੂੰ ਕੀ ਕਹਿੰਨੇ ਆਪਾਂ ਬੇਮਿਸਾਲ ਪਰਸਨੈਲਿਟੀ ਸੀਗੀ ਜਿਵੇਂ ਅਖਾੜੇ ਕਰਾਣੇ ਪੈਗ ਲਾਣੇ ਨਾਚ ਨਚਣਾ ਕਰਨਾ ਇਹ ਜਾ ਕੁਛ ਮਤਲਬ ਨਾ ਸਮਝ ਰਹੋ ਇਹ ਜਾ ਕੁਛ ਸੀਗਾ ਤੋਂ ਧਿਆਨ ਬਲੇ ਖੜਕ ਸਿੰਘ ਦਾ ਵੀ ਪਿਓ ਸੀਗਾ ਉਹ ਸ਼ੇਰ ਸਿੰਘ ਤੋਂ ਤੁਸੀਂ ਦੇਖ ਰਹੇ ਹੋ ਧਿਆਨ ਸਿੰਘ ਕੀ ਕਰ ਰਿਹਾ ਹੈ ਧਿਆਨ ਸਿੰਘ ਦੀ ਪੋਲਿਟਿਕ ਸਮਝੋ ਤੁਸੀਂ ਧਿਆਨ ਸਿੰਘ ਜਾਣ ਬੂਝ ਕੇ ਉਹਨਾਂ ਲੋਕਾਂ ਨੂੰ ਲਗਵਾ ਰਿਹਾ ਜਿਹੜੇ ਲੋਕ ਬਿਲਕੁਲ ਹੀ ਨਿਠੱਲੇ ਐ ਬਿਲਕੁਲ ਹੀ ਨਿਠੱਲੇ ਲੋਕ ਐ ਧਿਆਨ ਸਿੰਘ ਪਹਿਲਾ ਖੜਕ ਸਿੰਘ ਤਾਂ ਚਲੋ ਮਹਾਰਾਜਾ ਰਣਜੀਤ ਸਿੰਘ ਹੀ ਬਿੱਲ ਕਰ ਗਏ ਸੀਗੇ ਉਹ ਥੋੜਾ ਜਿਹਾ ਤਕੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਚੇਤ ਸਿੰਘ ਦੇ ਕਹਿਣ ਤੇ ਤੋਂ ਚੇਤ ਸਿੰਘ ਵੀ ਮਰਵਾਤਾ ਤੇ ਖੜਕ ਸਿੰਘ ਵੀ ਚੱਕਤਾ ਫਿਰ ਨੌਨੇਹਾਲ ਸਿੰਘ ਆ ਗਿਆ ਸੀ ਨੈਕਸਟ ਆਣਾ ਹੀ ਸੀਗਾ ਉਹਨੇ ਕਿਉਂਕਿ ਉਹ ਦਾ ਮੁੰਡਾ ਸੀਗਾ ਖੜਕ ਸਿੰਘ ਦਾ ਤੋਂ ਨੌਨੇਹਾਲ ਸਿੰਘ ਹੋਰ ਤਕੜਾ ਸੀਗਾ ਤੇ ਧਿਆਨ ਸਿੰਘ ਨੂੰ ਪਤਾ ਸੀਗਾ ਕਿ ਤਕੜਾ ਹੈ ਆਲਦੋ ਨੌਨੇਹਾਲ ਸਿੰਘ ਨਾਲ ਮਿਲ ਕੇ ਪਹਿਲਾ ਚੇਤ ਸਿੰਘ ਨੂੰ ਮਰਾਇਆ ਗੇਮ ਦੇਖ ਰਹੇ ਹੋ ਧਿਆਨ ਸਿੰਘ ਦੀ ਧਿਆਨ ਸਿੰਘ ਇਹ ਡੋਗਰੇ ਰਾਜਪੂਤਾਂ ਨੇ ਨਾ ਮਤਲਬ ਗੰਦ ਪਾਇਆ ਦੱਬ ਕੇ ਠੀਕ ਹੈ ਤਾਂ ਇਹਨਾਂ ਨੇ ਵੱਲ ਸਾਰਾ ਕੰਮ ਖਰਾਬ ਕੀਤਾ ਇਹੀ ਮਹਾਰਾਜਾ ਰੀ ਸਿੰਘ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਿਵੇਂ ਸਰਦਾਰ ਪਟੇਲ ਨੇ ਉਹਨੂੰ ਬਚਾਇਆ ਠੀਕ ਹੈ ਸੋ ਇਹ ਪੂਰਾ ਮਹਾਰਾਜਾ ਰੀ ਸਿੰਘ ਉਹਦਾ ਹੀ ਸੀ ਨਾ ਪਤਾ ਹੈ ਕੀ ਗੱਲ ਹੋ ਰਹੀ ਹੈ ਉਹਦਾ ਹੀ ਸੀ ਨਾ ਯਾਰ ਗੁਲਾਬ ਸਿੰਘ ਗੁਲਾਬ ਸਿੰਘ ਦਾ ਮੁੰਡਾ ਪੋਰਤਾ ਸੀਗਾ ਮਹਾਰਾਜਾ ਰੀ ਸਿੰਘ ਜਿਹੜਾ ਕਸ਼ਮੀਰ ਦੇ ਵਿੱਚ ਬੈਠਾ ਸੀਗਾ ਕਿੱਥੇ ਪਹੁੰਚਿਆ ਆਪਣਾ ਸਮਝ ਆ ਰਹੀ ਹੈ ਕਿ ਨਹੀਂ ਕਿ ਉੱਪਰੋਂ ਨਿਕਲ ਰਿਹਾ ਹੈ ਸਟੋਰੀ ਸਮਝ ਆ ਸਟੋਰੀ ਟੈਲਿੰਗ ਹੋ ਰਹੀ ਹੈ ਸ਼ੇਰ ਸਿੰਘ ਆ ਗਿਆ ਸ਼ੇਰ ਸਿੰਘ ਆ ਗਿਆ ਹੁਣ ਸ਼ੇਰ ਸਿੰਘ ਜਮਾ ਹੀ ਇਹ ਜਿਆ ਸੀਗਾ ਤੋਂ ਸ਼ੇਰ ਸਿੰਘ ਜੀ ਹਲੇ ਸ਼ੇਰ ਸਿੰਘ ਆਇਆ ਨਹੀਂਗਾ ਸ਼ੇਰ ਸਿੰਘ ਨੂੰ ਧਿਆਨ ਸਿੰਘ ਬਣਾਉਣਾ ਚਾਹੁੰਦਾ ਹੈ ਅਭੀ ਨਹੀਂ ਆਇਆ ਬ੍ਰੋ ਅਭੀ ਥੋੜਾ ਸਾ ਪੈਂਡਿੰਗ ਹੈ ਅਭੀ ਧਿਆਨ ਨਾਲ ਸੁਣਨਾ ਹੈ ਨੌ ਨਿਹਾਲ ਸਿੰਘ ਤੋਂ ਬਾਅਦ ਠੀਕ ਹੈ ਨੌ ਨਿਹਾਲ ਸਿੰਘ ਤੋਂ ਬਾਅਦ ਇੱਕ ਹੋਰ ਲੇਡੀ ਸੀ ਰਾਣੀ ਚੰਦਕੌਰ ਠੀਕ ਹੈ ਰਾਣੀ ਚੰਦਕੌਰ ਹੁਣ ਇਹ ਜਿਹੜੀ ਰਾਣੀ ਚੰਦਕੌਰ ਸੀ ਨਾ ਇਹਦਾ ਹਲੇ ਮੁੰਡਾ ਨਹੀਂ ਹੋਇਆ ਸੀਗਾ ਅਨਬੋਨ ਸੰ ਸੀਗਾ ਹੁਣ ਮੁੰਡਾ ਹੋ ਪਤਾ ਨਹੀਂ ਪਹਿਲਾਂ ਤਾਂ ਇਹ ਨਹੀਂ ਸਮਝ ਆਉਂਦੇ ਇਹਨਾਂ ਨੂੰ ਪਤਾ ਕਿ ਬਲਾਦਾ ਸੀ ਮੁੰਡਾ ਕਿ ਕੁੜੀ ਐ ਅਨਬੋਨ ਐ ਉਹ ਠੀਕ ਐ ਇਹਨੂੰ ਆਇਆ ਸੀਗਾ ਕਿ ਮੇਰੇ ਪੇਟ ਮੇ ਮਹਾਰਾਜ ਰਣਜੀਤ ਸਿੰਘ ਦਾ ਖੂਨ ਦੌੜ ਰਹਾ ਹੈ ਤਾਂ ਨੌਨੇਗਾ ਹਾਂ ਦੂਜਾ ਦੂਜਾ ਵੀ ਦੂਜਾ ਕਾਫੀ ਰਾਨੀਆਂ ਹੈ ਜੀ ਮਾਰਕੀਟ 'ਚ ਕੋਈ ਕਮੀ ਨਹੀਂ ਪਿਆ ਹੁੰਦੀ ਕਿ ਆ ਕੀ ਕੋਈ ਕਮੀ ਨਹੀਂ ਹੈ ਨਾ ਤਾਂ ਚੰਦ ਕੌਰ ਚੰਦ ਕੌਰ ਦਾ ਅਨਬੌਰਨ ਸਨ ਸੀਗਾ ਤਾਂ ਉਹਨੇ ਕਿਹਾ ਕਿ ਚੰਦ ਕੌਰ ਜਿਹੜੀ ਹੈਗੀ ਨਾ ਉਹ ਉਹ ਕਹਿੰਦੀ ਹੈ ਕਿ ਮੈਂ ਆਪਦੇ ਅਨਬੌਰਨ ਸਨ ਦੇ ਰੀਜੈਂਟ ਬਣੂਗੀ ਤਾਂ ਚੰਦ ਕੌਰ ਜਿਹੜੀ ਹੈਗੀ ਉਹਨੂੰ ਬਣਾਇਆ ਤਾਂ ਚੰਦ ਕੌਰ ਨੇ ਨਾ ਧਿਆਨ ਨਾਲ ਸੁਣਿਓ ਕਿ ਉਹਨੇ ਦੋ ਸੰਧਵਾਲੀਆ ਚੀਫ ਸੀਗੇ ਅਜੀਤ ਸਿੰਘ ਤੇ ਅਤਰ ਸਿੰਘ ਠੀਕ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਸਟਰੋਂਗ ਪੋਜੀਸ਼ਨ ਤੇ ਲਿਆ ਕੇ ਖੜਾ ਕਰਤਾ ਅਜੀਤ ਸਿੰਘ ਤੇ ਅਤਰ ਸਿੰਘ ਠੀਕ ਹੈ ਐਂਡ ਇੱਕ ਮਿੰਟ ਅ ਸੈਂਡ ਦਾ ਥਰੋਨ ਬਟ ਹੀ ਹੈ ਟੂ ਫੇਸ ਟੂ ਕੰਪੀਟੀਸ਼ਨ ਸ਼ੀ ਪ੍ਰੋਕਲੇਮਡ ਅ ਰੀਜੈਂਟ ਆਫ ਦੀ ਅਨਬੌਰਨ ਚਾਈਲਡ ਆਫ ਹਰ son ਐਂਡ ਡਾਟਰ ਇਨ ਲਾ ਰਾਨੀ ਸਾਹਿਬਕੌਰ ਠੀਕ ਹੈ ਰਾਨੀ ਸਾਹਿਬਕੌਰ देयर आफ्टर ਸ਼ੀ ਰੇਸ ਸੰਧਵਾਲੀਆ ਚੀਫਸ ਸੰਧਵਾਲੀਆ ਚੀਫ ਅਜੀਤ ਸਿੰਘ ਤੇ ਅਤਰ ਸਿੰਘ ਟੂ ਐਮਿਨੈਂਟ ਪੋਜੀਸ਼ਨ ਬਿਕਾਜ਼ ਦੇ ਸਪੋਰਟਡ ਹਰ शी वॉज ऑल्सो नॉट रानी गेव बर्थ टू स्टिल बॉर्न चाइल्ड द सून स्ट्रिंग ऑफ एनिस फ्रॉम ग्रेप ध्यान सिंह एंड शेर सिंह डिक्लेयर वॉर अगेंस राणी अटैकिंग लाहौर ठीक है तो की होया जी हूँ राणी चंद कौर जी है क्या अनबोर्न चाइल्ड पूरा गेम ऑफ थ्रोस चल रहा है रानी चंद कौर ने कहा मेरा अनबोर्न चाइल्ड है बेसिस से मैं रूल करूंगी ਤੇ ਉਹਦੇ ਲਈ ਸੰਧਵਾਲੀਆ ਇੱਕ ਏਰੀਆ ਸੀਗਾ ਸੰਧਵਾਲੀਆ ਤਗੜੇ ਰੂਲਰ ਸੀਗੇ ਉਹਦੇ ਅਜੀਤ ਸਿੰਘ ਤੇ ਅਟਰ ਸਿੰਘ ਦੋ ਭਰਾ ਸੀਗੇ ਉਸ ਏਰੀਆ ਨੂੰ ਕੰਟਰੋਲ ਕਰਦੇ ਸੀ ਉਹਨਾਂ ਨੇ ਇਹਦਾ ਸਪੋਰਟ ਕਰਤੀ ਚੰਦ ਗੌਰ ਦੀ ਅਗੇਂਸਟ ਧਿਆਨ ਸਿੰਘ ਕਿਉਂਕਿ ਧਿਆਨ ਸਿੰਘ ਕਿਹਨੂੰ ਜਾਣਦਾ ਸੀ ਸ਼ੇਰ ਸਿੰਘ ਨੂੰ ਅਨਫੋਰਚੂਨੇਟਲੀ ਕੀ ਹੋਇਆ ਉਹਦੇ ਸਟਿਲ ਬੌਰਨ ਚਾਈਲਡ ਹੋਇਆ ਸਟਿਲ ਬੌਰਨ ਸਮਝਦੇ ਹੋ ਡੈਥ ਮਤਲਬ ਵੈਨ ਦਾ ਚਾਈਲਡ ਵਾਸ ਬੌਰਨ ਹੀ ਵਾਸ ਨਾਟ ਅ ਲਾਈਵ ਤੋ ਜਦੋਂ ਇਹ ਹੋਇਆ ਤੋ ਧਿਆਨ ਸਿੰਘ ਨੂੰ ਤਾਂ ਮੌਕਾ ਮਿਲ ਗਿਆ ਕਿ ਇਹ ਤਾਂ ਮੌਜ ਬਣ ਗਈ ਤੋ ਧਿਆਨ ਸਿੰਘ ਨੇ ਨਾ ਤੇ ਸ਼ੇਰ ਸਿੰਘ ਨੇ ਮਿਲ ਕੇ ਚੰਦਕੌਰ ਤੇ ਅਟੈਕ ਕਰਤਾ ਤਾਂ ਚੰਦਕੌਰ ਜਿਹੜੀ ਹੈਗੀ ਹੈ ਹੈਨਾ ਉਹਤੇ ਅਟੈਕ ਕਰਤਾ ਤੇ ਚੰਦਕੌਰ ਚੱਕਦੀ ਇਹਨਾਂ ਨੇ ਤੇ ਚੰਦਕੌਰ ਵੀ ਮਾਰਦੀ ਤਾਂ ਹੁਣ ਅਜੀਤ ਸਿੰਘ ਸੰਧਵਾਲੀਆ ਚੀਫ ਕਿਹੜੇ ਕਿਹੜੇ ਹੈ ਅਜੀਤ ਸਿੰਘ ਤੇ ਅਟਰਸਿਵ ਇਹਨਾਂ ਨੂੰ ਹੁਣ ਇੱਕ ਵਾਰੀ ਸਾਈਡ ਤੇ ਥੋੜਾ ਜਿਹਾ ਇਧਰ ਦੀ ਸਾਈਡ ਤੇ ਖੋਬੜੀ ਜੀ ਤੇ ਇਧਰ ਦੀ ਸਾਈਡ ਤੇ ਰੱਖ ਲੋ ਰੱਖ ਲਿਆ ਤਾਂ ਹੁਣ ਕੌਣ ਬਣੂਗਾ ਨੈਕਸਟ ਸ਼ੇਰ ਸਿੰਘ ਤਾਂ ਕਿੰਨੇ ਕਤਲ ਹੋ ਗਏ ਜੀ ਸਾਰੇ ਇੰਪੀਰੀਅਲ ਕਿਲਿੰਗਸ ਹੈ ਇਹ 올 ਦੀਸ ਆਰ ਇੰਪੀਰੀਅਲ ਕਿਲਿੰਗਸ ਫਸਟ ਵਾਸ ਵਾਸ ਟੂ ਡਾਈ ਵਾਸ ਸੇਤ ਸਿੰਘ ਸੈਕੰਡ ਵਨ ਵਾਸ ਟੂ ਡਾਈ ਵਾਸ ਖੜਕ ਸਿੰਘ ਥਰਡ ਨਾਉ ਨੇਹਾਲ ਨਾਉ ਚੰਦਕੌਰ ਠੀਕ ਹੈ ਇਹ ਪੋਲਿਟਿਕਸ ਥੋੜੀ ਪਤਾ ਨਹੀਂ ਸਮਝ ਆਣੀ ਘੱਟ ਸਮਝ ਆਂਦੀ ਹੈ ਥੋੜੀ ਜੀ ਇਹਨੂੰ ਡਿਟੇਲ ਚ ਪੜ੍ਹਨਾ ਪੈਂਦਾ ਫੇਰ ਆ ਜਾਓ ਜੀ ਹੁਣ ਸ਼ੇਰ ਸਿੰਘ ਬਣ ਗਿਆ ਸ਼ੇਰ ਸਿੰਘ ਤੁਹਾਨੂੰ ਪਤਾ ਹੀ ਹੈ ਕਿ 1841 ਚ ਬਣਿਆ ਤੇ ਧਿਆਨ ਸਿੰਘ ਦੇ ਪੂਰੇ ਅਸਿਸਟੈਂਸ ਨਾਲ ਬਣਿਆ ਤੇ ਧਿਆਨ ਸਿੰਘ ਨੂੰ ਨੇ ਪ੍ਰਧਾਨ ਮੰਤਰੀ ਬਣਾਤਾ ਧਿਆਨ ਸਿੰਘ ਪ੍ਰਧਾਨ ਮੰਤਰੀ ਜੋ ਹੈ ਬਣ ਗਿਆ ਤੋ ਇਹ ਜਿਹੜਾ ਹੈਗਾ ਹੁਣ ਸ਼ੇਰ ਸਿੰਘ ਅੱਗੇ ਬਣ ਗਿਆ ਹੁਣ ਧਿਆਨ ਨਾਲ ਸੁਣੀਓ ਅੱਗੇ ਕੀ ਚੱਲ ਰਿਹਾ ਜਿਹੜੇ ਸੰਧਵਾਲੀਆ ਚੀਫ ਸੀਗੇ ਨਾ ਸੰਧਵਾਲੀਆ ਚੀਫ ਇਹ ਚਾਹਦੇ ਸੀਗੇ ਕਿ ਚੰਦਕੌਰ ਦੀ ਡੈਥ ਨੂੰ ਅਸੀਂ ਅਵੰਜ ਕਰੀਏ ਕਿਉਂਕਿ ਚੰਦਕੌਰ ਨੂੰ ਬਣਾਇਆ ਕਿਨੇ ਸੀ ਇਹਨਾਂ ਨੇ ਬਣਾਇਆ ਸੀ ਤੋ ਚੰਦਕੌਰ ਦੀ ਡੈਥ ਨੂੰ ਅਸੀਂ ਅਵੰਜ ਕਰੀਏ ਐਂਡ ਇਹਨਾਂ ਨੂੰ ਇਹ ਲੱਗ ਗਿਆ ਪਤਾ ਕਿ ਜਿਹੜਾ ਧਿਆਨ ਸਿੰਘ ਹੈ ਨਾ ਇਹ ਗੰਦ ਬਾ ਰਿਆ ਏ ਬੇਸਿਕਲੀ ਜਿਹੜੇ ਡੋਗਰਾ ਰਾਜਪੂਤ ਹੈ ਗੰਦ ਪਾ ਰਹੇ ਹੈ ਇਹ एंपਾਇਰ ਨੂੰ ਹਟਿਆਉਣਾ ਚਾਹੁੰਦੇ ਹੈ ਇਹ ਪਪੈਟ ਰੂਲਸ ਇਸਟੈਬਲਿਸ਼ ਕਰਨਾ ਚਾਹੁੰਦੇ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਲੈਗੇਸੀ ਖਤਮ ਕਰਨਾ ਚਾਹੁੰਦੇ ਹੈ ਇਹਨਾਂ ਨੇ ਉਹ ਉਹ ਰਾਜੇ ਲੋਕੇਟ ਕਰ ਲਏ ਹੈ ਜਿਹੜੇ ਕਿਸੇ ਪਾਸੇ ਦੇ ਨਹੀਂ ਹੈਗੇ ਜਿਵੇਂ ਸ਼ੇਰ ਸਿੰਘ ਵਰਗੇ ਹੋਗੇ ਨਾਮ ਦੇ ਸ਼ੇਰ ਹੈ ਇਹ ਖੜਕ ਸਿੰਘ ਨਾਮ ਦਾ ਹੀ ਖੜਕ ਹੈ ਖੜਕ ਸਿੰਘ ਦੇ ਖੜਕਣੇ ਸੇ ਕਦੇ ਵੀ ਖਿੜਕੀਆਂ ਨਹੀਂ ਖੜਕੀਆਂ ਹੈ ਨਾ ਤੇ ਨਾਮ ਦੇ ਹੈਗੇ ਭੰਗੀ ਪੁੰਗੀ ਇਕੱਠੇ ਕਰਕੇ ਇਹਦੇ ਜਾਣ ਕੇ ਨਾ ਧਿਆਨ ਸਿੰਘ ਇਹ ਗੇਮ ਖੇਡ ਰਿਹਾ ਹੈ ਇੱਕ ਲੇਡੀ ਆਈ ਸੀ ਚੰਦਕੌਰ ਤਕੜੀ ਸੀਗੀ ਉਹ ਉਹਦਾ ਉਹਦਾ ਉਹ ਵਿਚਾਰੀ ਅਨਬੋਨ ਚਾਈਲਡ ਦੇ ਬੇਸਿਸ ਤੇ ਰੂਲ ਵੀ ਕਰਨਾ ਚਾਹੁੰਦੀ ਸੀਗੀ ਉਹਨੂੰ ਵੀ ਕੋਈ ਇਹਨਾਂ ਨੇ ਕੁਝ ਖਵਾ ਪਿਆ ਕੇ ਉਹਦਾ ਵੀ ਸਟਿਲ ਬੋਨ ਕਰਾਤਾ ਚਾਈਲਡ ਉਹ ਵੀ ਉਹਦੇ ਤੇ ਵੀ ਅਲੀਗੇਸ਼ਨ ਹੈ ਕਿ ਉਹ ਜਿਹੜਾ ਬੱਚਾ ਮਰਿਆ ਉਹ ਵੀ ਇਹਨਾਂ ਨੇ ਕਿਤੇ ਗੰਦ ਪਾ ਕੇ ਮਾਰਿਆ ਹੈ ਤਾਂ ਉਹ ਵੀ ਇੱਕ ਕਤਲ ਚ ਸ਼ਾਮਿਲ ਕਰ ਲਓ ਸਟਿਲ ਬੋਨ ਚਾਈਲਡ ਜਿਹੜਾ ਹੋਇਆ ਚੰਦਕੌਰ ਜਿਹੜੀ ਚੱਕੀ ਤਾਂ ਅਜੀਤ ਸਿੰਘ ਤੇ ਹਟਰ ਸਿੰਘ ਦੇ ਦਿਮਾਗ ਤੇ ਕੀ ਹੈ ਕਿ ਅਬ ਧਿਆਨ ਸਿੰਘ ਇਜ਼ ਦਾ ਮੇਨ ਪ੍ਰੋਬਲਮ ਕਿ ਧਿਆਨ ਸਿੰਘ ਚੱਕੋ ਇਹਨੂੰ ਇਹ ਬਹੁਤ ਗੰਦ ਪਾਈ ਬੈਠੇ ਆ ਤਾਂ ਅਬ ਦੇਖੋ ਧਿਆਨ ਸਿੰਘ ਠੀਕ ਹੈ ਤੇ ਸ਼ੇਰ ਸਿੰਘ ਦੋਨਾਂ ਨੂੰ ਇਹ ਮਾਰਨਗੇ ਕੌਣ ਸੰਦੇਵਾਲੀਆਸ ਕਨਸੀਕੁਐਂਟਲੀ ਅਜੀਤ ਸਿੰਘ ਮਰਡਰਡ ਦਾ ਮਹਾਰਾਜਾ ਹੁਣ ਇਹ ਵੀ ਗੇਮ ਬੜੀ ਕਹਾਣੀ ਹੈ ਬੜੀ ਫੇਮਸ ਅਜੀਤ ਸਿੰਘ ਸੰਦੇਵਾਲੀਆ ਚੀਫ ਵਾਲੇ ਹੁੰਦੇ ਆ ਤੋ ਇਹ ਅੱਜ ਸ਼ੇਰ ਸਿੰਘ ਕੋਲ ਜਾਂਦੇ ਆ ਤੋ ਸ਼ੇਰ ਸਿੰਘ ਨੂੰ ਜਾ ਕੇ ਨਾ ਬੰਦੂਕ ਆਫਰ ਕਰ ਦਿਆ ਬੰਦੂਕ ਦਿੰਦੇ ਆ ਡਬਲ ਬੈਰਲ ਬੰਦੂਕ ਹੁੰਦੀ ਆ ਉਹ ਤੋ ਡਬਲ ਬੈਰਲ ਬੰਦੂਕ ਦਿੰਦੇ ਆ ਕਿ ਆਪ ਦੂਖ ਲੈ ਆਏ ਤੁਹਾਡੇ ਲਈ ਸ਼ੇਰ ਸਿੰਘ ਲਈ ਸ਼ੇਰ ਸਿੰਘ ਵੈਸੇ ਤੁਹਾਨੂੰ ਪਤਾ ਕਿ ਉਹ ਨਾ ਉਹ ਗੁੱਡ ਮਜ਼ਾਜ ਵਾਲਾ ਬੰਦਾ ਹੁੰਦਾ ਹੈ ਬੰਦੂਖਾਂ ਚ ਗਨ ਕਲਚਰ ਹੋ ਗਿਆ ਹੈ ਨਾ ਹੈ ਨਾ ਤਾਂ ਉਹਨੂੰ ਕਹਿੰਦੇ ਇਹਨੂੰ ਬੰਦੂਖ ਨੂੰ ਚਲਾ ਕੇ ਦੇਖ ਉਹ ਬੰਦੂਖ ਇਸ ਤਰੀਕੇ ਨਾਲ ਡਿਜ਼ਾਈਨਡ ਹੁੰਦੇ ਕਿ ਜਦੋਂ ਬੰਦੂਖ ਚਲਾਉਂਦਾ ਉਹ ਗੋਲੀ ਪਿੱਛੇ ਵਜਦੀ ਆ ਕੇ ਉਹ ਸੱਚੀ ਇਹ ਗੱਲ ਕਹੀ ਹੋਈ ਹੈ ਕਿ ਗੋਲੀ ਪਿੱਛੇ ਵਜਦੀ ਹੈ ਉਹ ਜਾਣ ਕੇ ਪੂਰੀ ਪ੍ਰੋਗਰਾਮ ਕੀਤਾ ਗਿਆ ਸੀ ਉਹ ਜਦੋਂ ਹੀ ਗੋਲੀ ਨਾਲੇ ਗੋਲੀ ਮਾਰਨੀ ਵੀ ਨਹੀਂ ਪਈ ਅਜੀਤ ਸਿੰਘ ਨੂੰ ਤੇ ਜਦੋਂ ਉਹਨੇ ਗੋਲੀ ਚਲਾਈ ਤਾਂ ਗੋਲੀ ਪਿੱਛੇ ਵੱਜੀ ਉਹ ਜਦੋਂ ਹੀ ਗੋਲੀ ਉਹ ਪਿੱਛੇ ਵੱਜੀ ਮਹਾਰਾਜਾ ਮਹਾਰਾਜਾ ਸ਼ੇਰ ਸਿੰਘ ਡੈਥ ਹੋ ਗਈ ਇਹ ਡਾਇਰੈਕਟ ਅਟੈਕ ਹੈ ਦੇਖੋ ਖੜਕ ਸਿੰਘ ਦਾ ਅਟੈਕ ਸਿਰੋ ਪੌਇਜ਼ਨ ਸੀਗਾ ਨੌ ਨਿਹਾਲ ਦਾ ਐਕਸੀਡੈਂਟ ਦਿਖਾਇਆ ਗਿਆ ਇਹ ਤੇ ਡਾਇਰੈਕਟ ਅਟੈਕ ਸੀਗਾ ਤੇ ਤੁਸੀਂ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਨਾਲ ਉਹਦਾ ਮੁੰਡਾ ਵੀ ਖੜਾ ਸੀਗਾ ਮੁੰਡੇ ਦਾ ਨਾਮ ਭੁੱਲ ਗਿਆ ਮੈਂ ਸ਼ੇਰ ਸਿੰਘ ਦੇ ਮੁੰਡਾ ਖੜਾ ਸੀਗਾ ਨਾਲ 8-10 ਸਾਲ ਦਾ ਮੁੰਡਾ ਸੀ ਉਹਦਾ ਸਿਰ ਵੜਦਾ ਨਾਲ ਹੀ ਹੀਰਾ ਸਿੰਘ ਨਹੀਂ ਨਹੀਂ ਹੀਰਾ ਸਿੰਘ ਨਹੀਂ ਹੀਰਾ ਸਿੰਘ ਕੋਈ ਹੋਰ ਹੈ bro ਆਇਆ ਰੇ ਹੀਰਾ ਸਿੰਘ ਕੋ ਉਹਦਾ ਸਿਰ ਵੜਦਾ ਉਹਦਾ ਰਾਗੀ ਵੱਲ ਨਸਲ ਖਤਮ ਕਰ ਦਿੱਤੀ ਜਾਵੇ ਸ਼ੇਰ ਸਿੰਘ ਦੀ। ਤਾਂ ਇਹ ਹੋ ਗਿਆ ਜੀ ਤਾਂ ਹੁਣ ਕਿੰਨੇ ਡੈਥ ਹੋ ਗਈ? ਕਾਊਂਟ ਕਰੋ ਕਿੰਨੇ ਆਪਾਂ ਕੰਮੇ ਕਿੰਨੀਆਂ ਕੰਮਾਂ ਆਨ ਬੋਰਨ ਚਾਈਲਡ ਵੀ ਕਰ ਲੋ ਸ਼ੇਰ ਸਿੰਘ ਹੋ ਗਿਆ। ਸ਼ੇਰ ਸਿੰਘ ਗਿਆ। ਚਲੋ ਜੀ ਸ਼ੇਰ ਸਿੰਘ ਚਲਾ ਗਿਆ। ਫਿਰ ਨੈਕਸਟ ਕੀ ਦੀ ਵਾਰੀ ਆ ਹੁਣ? ਧਿਆਨ ਸਿੰਘ ਦੀ। ਹੈ ਨਾ? देन दे ਸਰ ਧਿਆਨ ਸਿੰਘ। ਉਸੇ ਦਿਨ ਧਿਆਨ ਸਿੰਘ ਨੂੰ ਉਸੇ ਦਿਨ ਹੀ ਮਾਰਿਆ ਗਿਆ। ਉਸੇ ਦਿਨੀ ਫਾਈਨਲੀ ਅਚਾ ਉਹਦਾ ਮੁੰਡੇ ਦਾ ਨਾਮ ਸੀ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਨੂੰ ਮਾਰਿਆ ਗਿਆ ਪ੍ਰਤਾਪ ਸਿੰਘ ਕਿਹਦਾ ਸੀ ਸ਼ੇਰ ਸਿੰਘ ਦਾ ਮੁੰਡਾ ਉਹਨੂੰ ਮਾਰਿਆ ਗਿਆ ਤੇ ਉਹਨੂੰ ਮਾਰਿਆ ਗਿਆ ਉਹਨੂੰ ਮਾਰਿਆ ਗਿਆ ਤਾਂ ਧਿਆਨ ਸਿੰਘ ਵੀ ਚੱਕਤਾ ਸ਼ੇਰ ਸਿੰਘ ਵੀ ਚੱਕਤਾ ਸ਼ੇਰ ਸਿੰਘ ਦਾ ਮੁੰਡਾ ਵੀ ਚੱਕਤਾ ਤਿੰਨੇ ਮੌਤ ਹੋ ਗਈਆਂ ਪਹਿਲਾਂ ਕਿੰਨੀ ਹੋਈਆਂ ਸੀ 6 8 ਟੋਟਲ ਮੌਤਾਂ ਕਿੰਨੀਆਂ ਹੋਈਆਂ 8 ਬੱਚੇ ਤਾਂ ਕਿੰਨੇ ਆਠ ਹੋ ਗਈਆਂ ਬੱਚੇ ਨੂੰ ਬਲਾ ਕੇ 8 8 ਮੋਤਾਂ ਦਾ ਹੋ ਚੁੱਕੀਆਂ ਸਮਾਂ ਹੈਗਾ ਕੋਈ 1943 ਦਾ 18 1800 ਕੋਈ ਸਲਿੱਪ ਆਫ ਤਾਂ ਜੇ ਇਹਨਾ 1800 1870 ਕਹਿੰਦਾ ਪਤਾ ਨਹੀਂ 100 ਸਾਲ ਹੋ ਗਏ ਮਰਦੇ ਨੂੰ 1843 ਚ 8 ਮੋਤਾਂ ਹੋ ਚੁੱਕੀਆਂ ਬ్రో ਆ ਵੀ ਖੜੋ ਠੀਕ ਹੈ ਆ ਵੀ ਹੁਣ ਕੌਣ ਮਰ ਗਿਆ ਹੈ ਕੌਣ ਮਾਰਿਆ ਹੈ ਧਿਆਨ ਸਿੰਘ ਮਰ ਗਿਆ ਕਿਨੂੰ ਕਿਨੂੰ ਧਿਆਨ ਸਿੰਘ ਨੂੰ ਬਸ ਲੱਭਿਆ ਤੇ ਉਹਦੇ ਖੰਜਰ ਮਾਰਿਆ ਇਹਨੂੰ ਕੋਈ ਬੋਲਾ ਮਤਲਬ ਆਇਆ ਨਹੀਂ ਐਸੇ ਕਰਕੇ ਚੱਕ ਦਿਆ ਠੀਕ ਹੈ ਪੂਰੀ ਮੂਵੀ ਬਣਨੀ ਚਾਹੀਦੀ ਐ ਇਸ ਚੀਜ਼ ਦੇ ਉੱਪਰ ਗੇਮ ਆਫ ਥਰونز ਕਿਹੜੀ ਗੇਮ ਆਫ ਥਰونز ਹੈ ਜਿਹੜੀ ਆਹ ਗੇਮ ਆਫ ਥਰونز ਚੱਲ ਰਹੀ ਹੈ ਠੀਕ ਹੈ ਫਿਰ ਤੁਸੀਂ ਦੇਖੋਗੇ ਹੀਰਾ ਸਿੰਘ ਆ ਗਿਆ ਫਿਰ ਹੀਰਾ ਸਿੰਘ ਕੌਣ ਸੀਗਾ ਇਹ ਧਿਆਨ ਸਿੰਘ ਦਾ ਮੁੰਡਾ ਸੀਗਾ ਹੁਣ ਧਿਆਨ ਸਿੰਘ ਮਰ ਗਿਆ ਪਿਓ ਮਰ ਗਿਆ ਸ਼ੇਰ ਸਿੰਘ ਮਰ ਗਿਆ ਉਹਦਾ ਮੁੰਡਾ ਮਰ ਗਿਆ ਲੇਕਿਨ ਧਿਆਨ ਸਿੰਘ ਦਾ ਮੁੰਡਾ ਤਾਂ ਨਹੀਂ ਮਰਿਆ ਉਹ ਹੀਰਾ ਸਿੰਘ ਹੈਗਾ ਹੀਰਾ ਸਿੰਘ ਜਿਹੜਾ ਹੈਗਾ ਉਹ ਹੁਣ ਧਿਆਨ ਸਿੰਘ ਦੀ ਜਗ੍ਹਾ ਤੇ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਹੀਰਾ ਸਿੰਘ ਨੇ ਕੀ ਕੀਤਾ ਹੀਰਾ ਸਿੰਘ ਨੇ ਜਿਹੜੇ ਆ ਸੰਦੇ ਵਾਲੀ ਸੀ ਇਹਨਾਂ ਕੋਲੇ ਤਾਂ ਕੋਈ ਰਾਜਾ ਤਾਂ ਸੀਗਾ ਹੀ ਨਹੀਂ ਇਹਨਾਂ ਨੂੰ ਦੇਖਣ ਵਾਸਤੇ ਇਹਨਾਂ ਨੇ ਤਾਂ ਰਿਵੈਂਜ ਲਿੱਤਾ ਸੀਗਾ ਕਿ ਸਾਡੀ ਚੰਦਕੌਰ ਮਾਰਤੀ ਉਹਦਾ ਸਟਿਲ ਬੋਨ ਚਾਈਲਡ ਮਾਰਤਾ ਰਾਜਾ ਤਾਂ ਕੋਈ ਸੀਗਾ ਹੀ ਨਹੀਂ ਤਾਂ ਹੀਰਾ ਸਿੰਘ ਨੂੰ ਲੱਗਿਆ ਕਿ ਹੁਣ ਐ ਕਰਦੇ ਆ ਮੈਂ ਕੋਈ ਰਾਜਾ ਹੋਰ ਕੋਈ ਬਚਿਆ ਨਹੀਂ ਹੈਗਾ ਰਾਜੇ ਤਾਂ ਬਚੇ ਸੀਗੇ ਹੋਰ ਵੀ ਬੜੇ ਸੀਗੇ 20 20 ਵਿਆਹ ਹੋਏ ਸੀ ਮੁੰਡੇ ਬਹੁਤ ਸੀਗੇ ਮੁੰਡਿਆਂ ਦੀ ਕਮੀ ਨਹੀਂ ਸੀਗੀ ਲੇਕਿਨ ਉਹਨਾਂ ਨੇ ਕਿਹਾ ਕਿ ਆਏ ਕਰਦੇ ਹੀਰਾ ਸਿੰਘ ਨੇ ਕਿਹਾ ਕਿ ਦਲੀਪ ਸਿੰਘ ਤੇ ਜਿੰਦਾ ਨੂੰ ਅਸੀਂ ਬਣਾ ਦਿੰਦੇ ਆ ਤਾਂ ਦਲੀਪ ਸਿੰਘ ਜਿਹੜਾ ਸਭ ਤੋਂ ਛੋਟਾ ਸੀ ਉਹਨੂੰ ਬਣਾਤਾ ਕਿ ਇੱਕ ਸਾਲ ਉਦੋਂ ਤਾਂ ਇੱਕ ਕਿੰਨਾ ਹੋਏ 7-8 ਸਾਲ ਦਾ ਹੋ ਗਿਆ ਹੋਣਾ ਤੇ ਦਲੀਪ ਸਿੰਘ ਨੇ ਕਿਹਾ ਕੋਈ ਗੱਲ ਕਰਨੀ ਆ ਤਾਂ ਉਹਨੂੰ ਜਾ ਕੇ ਇਹਨਾਂ ਨੇ ਬਣਾਤਾ 5 ਸਾਲ ਦਾ 5 ਸਾਲ ਦਾ 5 ਸਾਲ ਦਾ ਰਾਣੀ ਜਿੰਦਾ ਜਿਹੜੀ ਰੀਜੈਂਟ ਬਣ ਗਈ ਐਂਡ ਉਹ ਤਾਂ ਹੀਰਾ ਸਿੰਘ ਜਿਹੜਾ ਹੈਗਾ ਨਾ ਉਹ ਫਿਰ ਉਹਨੇ ਹੀਰਾ ਸਿੰਘ ਨੇ ਮਤਲਬ ਬਦਲਾ ਲਿੱਤਾ ਪੂਰਾ ਕਿਵੇਂ ਬਦਲਾ ਲਿੱਤਾ ਉਹਨੇ ਸੰਧਾ ਵਾਲਿਆ ਨੂੰ ਹੈਨਾ ਸੰਧਾ ਵਾਲਿਆ ਨੂੰ ਉਹਨੇ ਕੀ ਕੀਤਾ ਅਰੈਸਟ ਵੀ ਕਰ ਲਿਆ ਮਾਰ ਵੀ ਦਿੱਤਾ ਉਹੀ ਜਿਹੜੇ ਅਜੀਤ ਸਿੰਘ ਅਦਰ ਸਿੰਘ ਸੀਗੇ ਇਹਨਾਂ ਨੂੰ ਚੱਕਤਾ ਹੀਰਾ ਸਿੰਘ ਨੇ ਤਾਂ ਹੀਰਾ ਸਿੰਘ ਨੇ ਕਿਹਨੂੰ ਚੱਕਤਾ ਅਦਰ ਸਿੰਘ ਤੇ ਕਿੰਨੇ ਹੋ ਗਏ 10 ਹੈਨਾ 10 ਹੋ ਗਏ ਠੀਕ ਹੈ ਇਨਾ ਕ ਕਰ ਲਈ ਆਪਾਂ ਦੇਖੋ ਇਹ ਆਪਣੇ ਆਦਮੀ ਦੇਖੋ ਸ਼ੇਰ ਸ਼ੇਰ ਸਿੰਘ ਤੋਂ ਬਾਅਦ ਦੇਖੋ ਦਲੀਪ ਸਿੰਘ ਨੈਕਸਟ ਰੂਲਰ ਬਣੇ ਲੇਕਿਨ ਦਲੀਪ ਸਿੰਘ ਤੋਂ ਬਾਅਦ ਆਪਾਂ ਅਗਲੇ ਕਲਾਸ ਦੇ ਵਿੱਚ ਐਂਗਲੋ ਸਿਕ ਵਾਰ ਕਰਾਂਗੇ ਤੇ ਆ ਜਿੰਨੇ ਹੁਣ 4-5 ਹੋਰ ਰਹਿੰਦੇ ਆ ਮਾਰਨ ਵਾਲੇ ਤੇ ਉਹਨਾਂ ਨੂੰ ਵੀ ਮਾਰਾਂਗੇ ਕਟੋ ਕਟ ਨਹੀਂ ਤਾਂ ਕਟੋ ਕਟ ਨਹੀਂ ਤਾਂ 15 ਇਹ ਜੀਆਂ ਮੌਤਾਂ ਕਤਲ ਹੋਏ ਐ Empire ਦੇ ਵਿੱਚ ਹੁਣ ਤੁਸੀਂ ਜਿਹੜਾ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਵਿਆਹ ਤੋਂ ਬਾਅਦ ਜਿਹੜਾ ਉਹ ਕੁਰਸੀਆਂ ਚਲਦੀਆਂ ਬਸ ਉਹੀ ਐ ਹਸਾਬ ਹੈਨਾ ਰਾਜ ਦੇ ਗੰਦ ਪਾਇਆ ਹੁਣ ਅਗਰ ਐਸਾ ਹੋਗਾ ਕਿਸੇ ਵੀ Empire ਦੇ ਅੰਦਰ ਤਾਂ ਆਪ ਮੁਝੇ ਸਮਝਦਾਰ ਹੋ ਆਪ ਵੀ ਕਿ ਜਦ ਆਪ ਖੁਦ ਹੀ ਯੂनाइटेड ਨਹੀਂ ਹੋ ਖੁਦ ਹੀ ਇੱਕ ਦੂਸਰੇ ਕੇ ਪਾਵਰ ਸਟਰਗਲਸ ਆਪ ਕੀ ਐਸੇ ਚੱਲ ਰਹੀਆਂ ਨੇ ਤਾਂ ਡੈਫੀਨੇਟਲੀ है ना आप कहाँ से यार एम्पायर कंट्रोल करोगे आपके घर के बाथरूम में कौन जा रहा है आपके ड्राइंग रूम में कौन जा रहा है वो तो आपके कंट्रोल में नहीं है <laughs> आप दुनिया को कैसे कंट्रोल करोगे सो दिस इज़ अ लर्निंग फ्रॉम है ना द द एम्पायर ऑफ महाराजा रंजीत सिंह के जब तक तो वो सिगे वो तक तो मतलब किसी जरूरत नहीं सी तो टोटली कंट्रोल सिस्टम सद ही वो तो गए तो आह काम हो गया पूरा का पूरा ਐਂਡ ਇਸ ਪੂਰੇ ਕੰਮ ਚ ਬੈਨੀਫਿਟ ਇਕ ਨੂੰ ਹੀ ਹੋਇਆ ਤੇ ਉਹ ਈਸਟ ਇੰਡੀਆ ਕੰਪਨੀ ਸੀਗੀ ਜਿਹੜੀ ਇਹ ਚੀਜ਼ ਨੂੰ ਲੱਭ ਰਹੀ ਸੀਗੀ ਸੰਦੇ ਇਹ ਸਿੱਖ ਫੌਜ ਨੂੰ ਕੱਲ ਆਪਾਂ ਦੇਖਾਂਗੇ ਕਿ ਸਿੱਖ ਫੌਜ ਨੂੰ ਵੀ ਇਹਨਾਂ ਨੇ ਭੜਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹਦੇ ਵਿੱਚ ਵੀ ਬੜਾ ਬੰਦੇ ਨੇ ਪਾਰਟਿਸਪੇਟ ਕੀਤਾ ਇਹ ਡੋਗਰਾ ਰਾਜਪੂਤ ਜਿਹੜੇ ਹੈ ਨਾ ਇਹ ਉਦੋਂ ਬਾਅਦ ਜਿਹੜਾ ਜਿਹੜਾ ਆਪਣਾ ਹਰੀ ਸਿੰਘ ਸੀ ਹੀਰਾ ਸਿੰਘ ਸੀ ਹੀਰਾ ਸਿੰਘ ਤੋਂ ਬਾਅਦ ਗੁਲਾਬ ਸਿੰਘ ਆਊਗਾ ਗੁਲਾਬ ਸਿੰਘ ਜਿਹੜਾ ਲਾਸਟ ਬਣੂਗਾ ਗੁਲਾਬ ਸਿੰਘ ਤੋਂ ਬਾਅਦ ਫਿਰ ਗੁਲਾਬ ਸਿੰਘ ਜਿਹੜਾ ਅੰਗਰੇਜ਼ਾਂ ਨਾਲ ਮਿਲ ਜੂਗਾ ਜਾ ਕੇ ਤੋ ਐਂਗਲੋ ਸਿਕ ਵਾਰਸ ਦੇ ਵਿੱਚ ਗੁਲਾਬ ਸਿੰਘ ਇਸ ਗੋਇੰਗ ਟੂ ਸਪੋਰਟ ਦਾ ਈਸਟ ਇੰਡੀਆ ਕੰਪਨੀ ਤੋ ਇੱਕ ਮਤਲਬ ਗੁਲਾਬ ਸਿੰਘ ਤੇ ਤੇਜ ਸਿੰਘ ਜਿਹੜੇ ਗੁਲਾਬ ਸਿੰਘ ਤੇ ਤੇਜ ਸਿੰਘ ਹਾਂ ਇਹ ਈਸਟ ਇੰਡੀਆ ਕੰਪਨੀ ਨੂੰ ਸਪੋਰਟ ਕਰਨਗੇ ਤੇ ਅੰਦਰ ਖਾਤੇ ਕਰਨਗੇ ਉਹ ਕਹਿਣਗੇ ਅਸੀਂ ਪ੍ਰਧਾਨ ਮੰਤਰੀ ਹੈਗੇ ਆ ਸਰ ਸਿੱਖ ਦੇ ਇਹ ਉਹ ਅੰਦਰ ਖਾਤੇ ਕੀ ਕਰਨਗੇ ਇਹ ਪੂਰਾ ਈਸਟ ਇੰਡੀਆ ਕੰਪਨੀ ਨੂੰ ਸਪੋਰਟ ਕਰਨਗੇ ਹਮਲਾ ਗਰਾਂਗੇ ਤੋ ਜਦੋਂ ਜਿੱਤਣਗੇ ਤਾਂ ਗੁਲਾਬ ਸਿੰਘ ਨੂੰ ਕੀ ਮਿਲ ਜੂਗਾ ਕਸ਼ਮੀਰ ਮਿਲ ਜੂਗਾ ਸੋ ਕਸ਼ਮੀਰ ਜਿਹੜਾ ਹੈਗਾ ਗੁਲਾਬ ਸਿੰਘ ਕੋਲ ਚਲਾ ਜਾਊਗਾ ਉਸ ਤੋਂ ਬਾਅਦ ਗੁਲਾਬ ਸਿੰਘ ਦਾ ਅਗਿਆਨ ਵਾਲੇ ਜਨਰੇਸ਼ਨ